ਅਯੋਧਿਆ ਵਿੱਚ ਰਾਮ ਮੰਦਿਰ ਦੀ ਛੱਤ ਤੋਂ ਮੀਂਹ ਦਾ ਪਾਣੀ ਟਪਕਣਾ ਸ਼ੁਰੂ ਹੋ ਗਿਆ। ਇਹ ਦਾਅਵਾ ਉੱਥੋਂ ਦੇ ਮੁੱਖ ਪੁਜਾਰੀ ਸਤਿੰਦਰ ਦਾਸ ਨੇ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ 'ਤੇ ਰਾਮਲੀਲਾ ਵਿਰਾਜਮਾਨ ਨੇ ਉੱਥੇ ਪਹਿਲੀ ਬਰਸਾਤ 'ਚ ਹੀ ਮੀਂਹ ਦਾ ਪਾਣੀ ਟਪਕਣਾ ਸ਼ੁਰੂ ਹੋ ਗਿਆ। ਉਹਨਾਂ ਅੱਗੇ ਵੀ ਦੱਸਿਆ ਕਿ ਅੰਦਰ ਪਾਣੀ ਭਰਿਆ ਹੋਇਆ ਹੈ। ਮੁੱਖ ਪੁਜਾਰੀ ਦਾ ਇਹ ਵੀ ਦੱਸਣਾ ਹੈ ਕਿ ਜੋ ਉਸਾਰੀ ਕੀਤੀ ਗਈ ਹੈ ਉਸ ਵਿੱਚ ਇਹ ਨਹੀਂ ਦੇਖਿਆ ਗਿਆ ਕਿ ਕਿੱਥੇ ਕਿੱਥੇ ਕਮੀ ਪੇਸ਼ੀ ਹੈ। ਜਦੋਂ ਮੀਂਹ ਪਿਆ ਤਾਂ ਰਾਮ ਮੰਦਿਰ ਦੇ ਮੁੱਖ ਪੁਜਾਰੀ ਸਤਿੰਦਰ ਦਾਸ ਨੇ ਕਿਹਾ ਕਿ ਮੰਦਿਰ ਦੇ ਅੰਦਰ ਵੀ ਪਾਣੀ ਭਰ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਪਾਣੀ ਦੇ ਨਿਕਾਸ ਦੇ ਲਈ ਕੋਈ ਵੀ ਥਾਂ ਨਹੀਂ ਹੈ ਅਤੇ ਪਾਣੀ ਵੀ ਟਪਕ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਮਸਲਿਆਂ ਦਾ ਹੱਲ ਕੀਤੇ ਜਾਣ ਦੀ ਮੰਗ ਵੀ ਇੱਥੇ ਕੀਤੀ ਹੈ। ਇਸ ਸਮੱਸਿਆ ਦਾ ਤੁਰੰਤ ਹੱਲ ਯਕੀਨੀ ਬਣਾਉਣ ਦੀ ਲੋੜ ਹੈ, ਇਹ ਵੀ ਉਹਨਾਂ ਦੇ ਵੱਲੋਂ ਇੱਥੇ ਕਿਹਾ ਗਿਆ। ਜੇਕਰ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਤਾਂ ਉੱਥੇ ਪੂਜਾ ਕਰਨੀ ਔਖੀ ਹੋ ਜਾਵੇਗੀ। ਹਾਲਾਂਕਿ ਰਾਮ ਮੰਦਿਰ ਨਿਰਮਾਣ ਸਮਿਤੀ ਦੇ ਚੇਅਰਮੈਨ ਨਿਪਿੰਦਰ ਸ਼ਰਮਾ ਨੇ ਕਥਿਤ ਤੌਰ 'ਤੇ ਪਾਣੀ ਦੇ ਰਿਸਾਅ 'ਤੇ ਆਪਣੇ ਬਿਆਨ 'ਚ ਕਿਹਾ ਕਿ ਮੈਂ ਅਯੋਧਿਆ 'ਚ ਹਾਂ, ਮੈਂ ਪਹਿਲੀ ਮੰਜ਼ਿਲ ਤੋਂ ਮੀਂਹ ਦਾ ਪਾਣੀ ਡਿੱਗਦਾ ਦੇਖਿਆ। ਇਹ ਕੁਦਰਤੀ ਹੈ ਕਿਉਂਕਿ ਗੁਰੂ ਮੰਡਪ ਦੂਜੀ ਮੰਜ਼ਿਲ ਦੇ ਉੱਪਰ ਅਤੇ ਅਸਮਾਨ ਦੇ ਸੰਪਰਕ ਦੇ ਵਿੱਚ ਨੇ ਅਤੇ ਸਿਖਰ ਦੇ ਮੁਕੰਮਲ ਹੋਣ ਦੇ ਨਾਲ ਇਹ ਬੰਦ ਹੋ ਜਾਵੇਗਾ। ਪਰ ਹਾਲਾਂਕਿ ਇੱਥੇ ਕਿੰਨਾ ਕੁ ਜਿਹੜਾ ਵਿਕਾਸ ਦਾ ਕੰਮ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਇੱਥੇ ਤੈਅ ਕਰ ਪਾਵੇਗਾ।